ਦਿਨ ਨਬੀ ਪਨ ਮੈਂ ਜਿਹੜਾ ਉਮਰਾ ਕਰਨ ਰੋਜ਼ਿਆਂ ਚ ਆਵੇ ਨਾ ਇੰਝ ਸਮਝੋ ਜਿਵੇਂ ਮੇਰੇ ਨਾਲ ਮਿਲ ਕੇ ਹੱਜ ਪੜਿਆ ਹੈ। ਮੇਰੇ ਦੋਸਤੋ, ਅੱਲਾ ਸਾਨੂੰ ਮੱਕੇ ਮਦੀਨੇ ਦੀਆਂ ਨਮਾਜ਼ਾਂ ਨਸੀਬ ਫਰਮਾ, ਅੱਲਾ ਆਪਣੇ ਨਬੀ ਦਾ ਸੱਚਾ ਵਿਆਹ ਨਸੀਬ। ਮੈਨੂੰ ਇੱਕ ਬੰਦਾ ਕਹਿਣ ਲੱਗਾ, ਮਦਨੀ ਸਾਹਿਬ ਤੁਸੀਂ ਕੁਛ ਸੋਹਣਾ ਵੇਖਿਆ? ਬੋਲੋ ਸੋਹਣਿਆ। ਮੈਨੂੰ ਇੱਕ ਬੰਦਾ ਕਹਿਣ ਲੱਗਾ ਵੀ ਤੁਸੀਂ ਕੁਛ ਸੋਹਣਾ ਵੇਖਿਆ, ਤੂੰ ਜੱਟਾ ਲੱਸੀ ਪੀਤੀ ਹੈ, ਤੇਰੇ ਮੈਂ 12 ਵਜੇ ਨੇ ਬੂਥੀ ਦੇ ਐਕਟਿਵ ਹੋ ਕੇ ਬਹਿ ਦੇਣਾ, ਜਿਵੇਂ ਹਕੂਮਤ ਗਰੀਬਾਂ ਦੇ ਟੈਕਸ ਲਾਉਣ ਲਈ ਇੰਜ ਐਕਟਿਵ ਹੈ ਨਾ, ਇੰਜ ਬਹਿ ਚੁਸ ਤੋਂ ਇੰਜ ਬੈਠੇ ਜਰਾ ਗੱਲ ਸੁਣਿਆ ਜੇ ਧਿਆਨ। ਅੱਲਾ, ਗਰੀਬਾਂ ਦਾ ਬੁਰਾ ਹਾਲ ਹੋ ਗਿਆ, ਹਕੂਮਤ ਇੰਨਾ ਹੀ ਕਹੀ ਹੁੰਦੀ, ਹਕੂਮਤ ਇੱਕੋ ਗੱਲ ਕਹੀ ਹੁੰਦੀ, ਬਸ ਆਪਣੇ ਘਬਰਾਉਣਾ ਨਹੀਂ ਹੈ। ਲੋਕ ਫੱਟੇ 'ਤੇ ਪੈ ਗਏ ਨੇ, ਕਹਿੰਦੇ ਘਬਰਾਉਣਾ ਨਹੀਂ ਹੈ, ਕਹਿੰਦੇ ਜੀ ਇੰਜ ਹੀ ਇੱਕ ਨੇ ਇੰਜ, ਲੋਕ ਫੱਟੇ 'ਤੇ ਪੈ ਗਏ ਨੇ, ਕਹਿੰਦੇ ਘਬਰਾਉਣਾ ਨਹੀਂ। ਹੁਣ ਤਾਂ ਚੀਨੀ ਲੈਣਾ 'ਚ ਲੱਗ ਕੇ ਮਿਲਣ ਦਈ ਹੈ, ਗੁੜ ਗੁੜ ਬਣਾ ਲਿਆ ਜੇ ਯਾਰ, ਕੀ ਕੋਈ ਵੇਲਣਾ ਲਾ ਲਿਆ ਜੇ, ਕੋਈ ਇੱਕ ਮੇਰੇ ਵੱਲ ਵੀ ਤੋੜਾ ਕਰ ਲਿਆ ਜੇ। ਆਹ ਲਾਹੌਰ ਜਾ ਕੇ ਦੇਖੋ, ਸ਼ਨਾਖਤੀ ਕਾਰਡ ਦੇ ਕੇ ਚੀਨੀ ਮਿਲਦੀ, ਉਹ ਵੋਟਾਂ ਵਾਂਗੂ ਨਾ ਨਿਸ਼ਾਨ ਲਾਉਂਦੇ, ਅਤੇ ਚੀਨੀ ਕਿੰਨੀ ਮਿਲਦੀ? ਕਿਲੋ। ਮੈਂ ਕਿਹਾ ਹੋਰ ਵੋਟ ਪਾਓ, ਵੇਖੋ ਅੱਲਾ ਜਾਣਦਾ ਲੈਣਾ ਚਲਾ ਕੇ ਚੀਨੀ ਮਿਲਦੀ ਪਈ ਏ। ਇੱਕ ਬੱਚੀ ਲੈਣ ਚ ਖੜੀ ਏ, ਦਿਲ ਕਰਿਆ 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 ਜਦੋਂ ਉਹਦੀ ਵਾਰੀ ਆਈ, ਤੇ ਲੋਕੋ ਉਹਨੂੰ ਕਹਿੰਦੇ ਨੇ ਟਾਈਮ ਹੋ ਗਿਆ, ਤੇਰੇ ਕੋਲ ਸ਼ਨਾਖਤੀ ਕਾਰਡ ਨਹੀਂ, ਦੱਸੋ ਉਸ ਬੱਚੀ ਦੇ ਦਿਲ ਤੇ ਕੀ ਗੁਜ਼ਰੀ ਹੋਏਗੀ, ਲੈਣ ਚ ਲੱਗੀ ਹੋਏਗੀ, ਤੇ ਜਦੋਂ ਵਾਰੀ ਆਏ ਹੋਏਗੀ, ਉਹਨਾਂ ਕਿਹਾ ਸ਼ਨਾਖਤੀ ਕਾਰਡ ਹੀ ਕੋਈ ਨਹੀਂ। ਇਸ ਵਾਸਤੇ ਮੈਂ ਤੁਹਾਨੂੰ ਵੀ ਕਹਾਂਗਾ, ਅਰਜ਼ ਕਰਦਾ ਵੀ ਰਹੋ, ਇਹ ਹਕੂਮਤ ਕੋਲੋਂ ਮੰਗਿਆਈਆਂ ਨਹੀਂ ਮੁੱਕਣੀਆਂ, ਤੁਸੀਂ ਆਪਣਾ ਇਮਾਨ ਸਿੱਧਾ ਕਰ ਲਓ, ਅੱਲਾ ਰਸੂਲ ਮਾਰ ਰੱਖੋ, ਘੱਟ ਨਾ ਤੋਲੋ, ਕਿਸੇ ਦਾ ਹੱਕ ਨਾ ਮਾਰੋ, ਕਿਸੇ ਦਾ ਪਾਣੀ ਚੋਰੀ ਨਾ ਤੜੋ, ਕਿਸੇ ਦੀ ਨਾ ਬਿਆਨਾ ਚੀਜ਼ ਨੂੰ ਚੋਰੀ ਨਾ ਚੁੱਕੋ, ਕਿਸੇ ਦੇ ਮਾਲ ਤੇ ਨਜ਼ਰ ਨਾ ਰੱਖੋ, ਆਪਣਾ ਖਾਓ ਤੇ ਕਿਸੇ ਦੇ ਨਾਲ ਜ਼ੁਲਮ ਨਾ ਕਰੋ। ਅੱਲਾ ਇਨਸ਼ਾਅੱਲਾ ਤੁਹਾਡੇ ਥੋੜੇ ਚ ਬਰਕਤ ਬਹੁਤੀ ਪਾ ਦੇਵੇਗਾ, ਥੋੜੇ ਰਿਜ਼ਕ ਚ ਬਰਕਤ ਬਹੁਤੀ ਪਾ ਦੇਵੇਗਾ। ਆਖਰੀ ਬਾਤ ਤੇ ਇਜਾਜ਼ਤ ਚਾਹਾਂਗਾ, ਤੇਰੀ ਤੇਰੀ ਹਾਜ਼ਰੀ ਅੱਲਾ ਕਬੂਲ ਕਰਵਾਏ, ਮਾਨ ਤਾਜ਼ਾ ਵੇਂਦਾ ਰਾਜ਼ੀ ਹੋਏ, ਮੈਂ ਤੇਰੇ ਮੈਂ ਰੋਟੀ ਤੇ ਸਾਂਦੀ ਤੇ ਪੰਦਰਾਂ ਦਾਨਾ, ਸੁਣੋ ਮੇਰੀ ਜਾਨ ਕੇ ਤੇ ਕੋ ਨਵਾਂ ਪਾਕਿਸਤਾਨ। ਬੱਲਿਆਂ ਦੇ ਵੀ ਵਿੱਚ ਬੈਠੇ ਨੇ, ਰੋਟੀ ਦੱਸਾਂ ਦੀ ਤੇ ਬੰਦਰਾਂ ਦਾ ਨਾਂ, ਸੁਣੋ ਮੇਰੀ ਜਾਨ ਇਹ ਦੇਖੋ ਨਵਾਂ ਪਾਕਿਸਤਾਨ। ਆਖਦੇ ਸੀ ਤੁਹਾਨੂੰ ਇਹ ਮਕਾਨ ਨਵੇਂ ਪਾ ਦਿਆਂਗੇ, ਇਹ ਨਹੀਂ ਸੀ ਆਖਿਆ ਅਗਲੇ ਮਿਟਾ ਦਿਆਂਗੇ, ਹੁਣ ਰੱਖੋ ਖਬਰ ਸਵਾਨ, ਕਿਉਂ ਹੁੰਦੇ ਜੇ ਪਰੇਸ਼ਾਨ, ਇਹੋ ਜੇ ਨਵਾਂ ਪਾਕਿਸਤਾਨ। ਕੀਤਾ ਸੀ ਵਾਦਾ ਤੇਰੇ ਨਾਲ ਕਬਤਾਨ ਨੇ, ਕੀਤਾ ਸੀ ਹੀ ਵਾਦਾ ਤੇਰੇ ਨਾਲ ਕਬਤਾਨ ਨੇ, ਛੱਡਣਾ ਨੀ ਤੁਹਾਡੇ ਪੱਲੇ ਮੈਂ ਇੱਕ ਵੀ ਮਾਲੇ, ਮੇਰਾ ਆਪਣਾ ਤੇਰੇ ਨਾਲ ਨਿਸ਼ਾਨ, ਛੱਡਣਾ ਤੁਹਾਡਾ ਵੀ ਮੈਂ ਕੱਖ ਨਾ ਨਾਲ, ਇਹੋ ਜੇ ਨਵਾਂ ਪਾਕਿਸਤਾਨ। ਆਂਦਾ 2 ਸਾਲ ਰਹਿ ਗਏ ਨੇ ਤੇ ਮੈਂ ਬੜੇ ਤਰੱਕੀ ਲਿਆਉਣੀ ਹੈ, ਇੰਨਾ ਸਾਲਾਂ 'ਚ ਬੇੜਾ ਫਰਕ ਕਰ ਦਿੱਤਾ, ਮੌਲਵੀਆਂ 6 ਮਹੀਨੇ ਘਰੋਂ ਖਾਧਾ, ਕਈ ਸਾਡੇ ਜਲਸੇ ਕਸਮੇ ਫਿਰ ਮੁੱਕਣ ਦੇ, ਉਹ ਆਂਦੇ ਨੇ ਜਲਸੇ ਨਾ ਕਰੋ, ਜਲਸੇ ਨਾ ਕਰੋ, ਤੇ ਖਾਈਏ ਅਸੀਂ ਕਿੱਥੋਂ? ਮੈਂ ਕਹਿੰਦਾ ਹਕੂਮਤ ਨੂੰ ਅੱਲਾ ਜਾਂਦਾ, ਲੋਕੋ ਬਚੋ ਇਹਨਾਂ ਠੱਗਾਂ ਤੋਂ, ਇਹਨਾਂ ਫਰਾਡੀਆਂ, ਤੁਹਾਨੂੰ ਠੱਗੀ ਮਾਰੀਏ, ਇਹਨਾਂ ਆਖਿਆ ਜੀ ਤੁਹਾਨੂੰ ਮਕਾਨ ਬਣਾ ਕੇ ਦਾ, ਉਹ ਕੱਲਾ ਸ਼ਪਾ ਕੀ ਜੂਨੇ ਰਾਤ ਆਈਏ, ਮਹਿਆਈ ਇੱਥੋਂ ਗਾਮ ਦੀ ਸ਼ਾਮਤ ਆਈਏ, ਕਿਉਂ ਮਾਨੀ ਰੋਟੀ ਖਾਣੀ ਔਖੀ ਹੋਈਏ, ਚਾਹ ਕੀ ਪਕਾਵਾਂ ਲੋਕੋ ਚੀਨੀ ਮਹਿੰਗੀ ਹੋਈਏ, ਰੋਟੀ ਪੂਰੀ ਕਰੀਏ ਜਾਂ ਬਿੱਲ ਤਾਰੀਏ, ਤੁਹਾਡੇ ਤਾਂ ਡਾਇਰੈਕਟ ਹੀ ਲੱਗੇ ਨੇ, ਤੁਹਾਨੂੰ ਕੀ ਲੱਗੇ, ਰੋਟੀ ਪੂਰੀ ਕਰੀਏ ਜਾਂ ਬਿੱਲ ਤਾਰੀਏ, ਦੱਸੋ ਕਿਹੜੇ ਖੂਹ ਵਿੱਚ ਛਾਲ ਮਾਰੀਏ। ਕਿਉਂ ਮੌਲੀ ਸਾਹਿਬ, ਰੋਟੀ ਪੂਰੀ ਕਰੀ ਆਂਦਾ ਹੁੰਦਾ ਸੀ ਬਿੱਲ ਸਾੜ ਦੋ, ਤੇ ਹੁਣ ਪੁੱਛੀਏ ਨਾ ਵੀ ਸਾੜੀਏ, ਆਂਦੇ ਬਸ ਘਬਰਾਉਣਾ ਨਹੀਂ, ਹੁਣ ਕਹਿੰਦੇ ਘਬਰਾ। ਅੱਲਾ, ਸਾਡੀ ਕੌਮ ਵੀ ਹੈ ਨਾ, 50 ਰੁਪਈਏ ਚੀਨੀ ਖਾਂਦੀ ਸੀ ਤੇ ਉਦੋਂ ਉਹ ਚੋਰ ਸਨ, ਹੁਣ 80-85 ਲੈਣਾ 'ਚ ਲੱਗ ਕੇ ਖਾਂਦੀ, ਹੁਣ ਹਾਜੀ ਨੇ ਰੋਟੀ ਪੂਰੀ ਕਰੀਏ ਜਾਂ ਬਿੱਲ ਤਾਰੀਏ, ਦੱਸੋ ਕਿਹੜੇ ਖੂਹ ਵਿੱਚ ਛਾਲ ਮਾਰੀਏ, ਸੋਚ ਸੋਚ ਵਾਲ ਉੱਡੇ
ਜਿਵੇਂ ਟਿੰਡ ਕੀਤੀ ਨਾਈਏ ਭੁਗਲਾ ਛਪਾ ਕੇ ਜੁਮੇ ਰਾਤ ਆਈਏ ਮੰਗਿਆਈ ਇੱਥੋਂ ਵਾਂਗਦੇ ਜਿਹੜਾ ਨਾ ਬੋਲੋ ਉਹਨੂੰ ਘੁੰਮਣ ਦੀ ਹੋਰ ਮਾਰ ਬੱਚੇ ਸਾਰਿਆਂ ਬੋਲਣਾ ਹੈ ਮੰਗਿਆਈ ਇੱਥੋਂ ਵਾਂਗਦੇ ਤੁਹਾਨੂੰ ਨੰਬਰਦਾਰ ਕੁਛ ਨਹੀਂ ਆਉਂਦਾ ਤੁਸੀਂ ਪੜ੍ਹ ਲਓ ਮੇਰੇ ਕੋਲ ਮੇਰਾ ਬੇਲੀ ਹੈ ਮੈਂ ਤੁਹਾਨੂੰ ਪੜ੍ਹਾ ਰਿਹਾ ਬੋਲੋ ਸ਼ਾਮਤ ਆਈ ਹੁਣ ਗਰੀਬਾਂ ਦੀ ਕਿਹੜੀ ਮੈਂ ਤੁਹਾਨੂੰ ਇੱਕ ਨੁਸਖਾ ਦੱਸਦਾ ਹੈ ਇਹ ਕੁੰਤਾ ਮੰਗਿਆਈ ਨਹੀਂ ਮੁਕਾ ਸਕਦੀਆਂ ਤੁਸੀਂ ਪੰਜ ਟਾਈਮ ਨਮਾਜ਼ ਪੜ੍ਹਿਆ ਕਰੋ ਥੋੜ੍ਹੇ ਰਿਜ਼ਕ ਦੀ ਅੱਲਾ ਬਰਕਤ ਬਹੁਤ ਹੀ ਪਾ ਦੇਵੇ ਦਰੂਦ ਪਾਕ ਪੜ੍ਹਿਆ ਕਰੋ ਕਿਸੇ ਦਾ ਹੱਕ ਨਾ ਖਾਇਆ ਕਰੋ ਜੇ ਕਿਸੇ ਦੇ ਹੱਕ 'ਤੇ ਨਜ਼ਰ ਨਾ ਰੱਖਿਆ ਕਰੋ ਜਿੱਥੇ ਚੀਜ਼ ਪਈ ਸੋਨੇ ਵਰਗੀ ਉੱਥੇ ਹੀ ਛੱਡ ਦਿਆ ਕਰੋ ਅਤੇ ਜਾਓ ਇਨਸ਼ਾਅੱਲਾ ਮੇਰੇ ਕੋਲ ਲਗਾ ਲਓ ਅੱਲਾ ਥੋੜ੍ਹੇ ਰਿਜ਼ਕ 'ਚ ਬਰਕਤ ਬਹੁਤ ਹੀ ਪਾ ਅੱਲਾ ਰਮਜ਼ਾਨ ਦੀ ਬਰਕਤ ਨਾਲ ਰਿਜ਼ਕ ਵਧਾ ਦਿੰਦਾ ਤੁਸੀਂ ਮਾਂ ਬਾਪ ਦੇ ਫਰਮਾ ਬਰਦਾਰ ਬਣ ਜਾਓ ਮਾਪਿਆਂ ਦੀ ਖਿਦਮਤ ਕਰੋ ਅੱਲਾ ਰਿਜ਼ਕ 'ਚ ਵੀ ਬਰਕਤ ਪਾਓ ਅਤੇ ਉਮਰ 'ਚ ਵੀ ਬਰਕਤ ਪਾਓ ਅੱਲਾ ਕਰੋਨਾ ਵਾਇਰਸ ਤੋਂ ਮਹਿਫੂਜ਼ ਫਰਮਾਏ ਅੱਲਾ ਬਿਮਾਰੀਆਂ ਤੋਂ ਮਹਿਫੂਜ਼ ਫਰਮਾਏ ਅੱਲਾ ਸਾਡੇ ਮੁਲਕ ਦੇ ਹਾਲ ਤੇ ਰਹਿਮ ਫਰਮਾਏ ISI FIA IB ਰੇਂਜਰ ਸਪੈਸ਼ਲ ਬ੍ਰਾਂਚ 112 ਗੁਰਗ੍ਰਾਮ ਫੁੱਟਬਾਲ ਅਦਨੀਆ ਸੇਨਰ ਕੌਮੀ ਸਮਲੀ SPU PRU ਡੋਲਫਨ MI ਮਿਲਟਰੀ ਇੰਟੈਲੀਜੈਂਸ IB ਇੰਟੈਲੀਜੈਂਸ ਬਿਊਰੋ ਅਦਨੀਆ ਹਾਇਰ ਐਜੂਕੇਸ਼ਨ ਮਹਿਕਮਾ ਸਾਜ਼ਾ ਪੈਰਾਮੈਡੀਕਲ ਸਟਾਫ ਡਾਕਟਰ ਨਰਸਾਂ ਅੱਲਾ ਸਾਰੇ ਮਹਿਕਮਿਆਂ ਦੀ ਹਿਫਾਜ਼ਤ ਫਰਮਾਏ ਅੱਲਾ ਸਾਡੇ ਮੁਲਕ ਦੇ ਉੱਤੇ ਰਹਿਮ ਫਰਮਾਏ ਇਨਸ਼ਾਅੱਲਾ ਪਾਕਿਸਤਾਨ ਚਮਕਦਾ ਰਹੇਗਾ ਦਮਕਦਾ ਰਹੇਗਾ ਇਸ ਮੁਲਕ ਦੇ ਵਿੱਚ ਹਕੂਮਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਮੁਲਕ ਕਿਆਮਤ ਤੱਕ ਇਨਸ਼ਾਅੱਲਾ ਚਮਕੇਗਾ ਕਹੋ ਇਨਸ਼ਾਅੱਲਾ ਔਰ ਮੇਰੇ ਭਾਈਓ ਸਾਨੂੰ ਚਾਹੀਦਾ ਰਮਜ਼ਾਨ ਦੇ ਮਹੀਨੇ 'ਚ ਸੱਚੀ ਤੌਬਾ ਕਰੀਏ ਅੱਲਾ ਸਾਡੀ ਹਾਜ਼ਰੀ ਕਬੂਲ ਫਰਮਾਏ ਅਲਹਮਦੁਲਿਲਾਹ ਰੱਬਿਲ ਆਲਮੀਨ ਅੱਲਾ ਕੀ ਬਰਕਤ ਤਕੀਨ ਵਸਲਾਤੁ ਵਸਲਾਮ ਅਲਾ ਰਸੂਲ ਨਬੀ ਕਰੀਮ ਰੱਬਾਨਾ ਆਤੀਨਾ ਫਿਦ ਦੁਨੀਆ ਹਸਨਾ ਤੋਂ ਤੇ ਆਖਿਰਤ ਦੀ ਹਸਨਾ ਤੋਂ ਵਕੀਨਾ ਅਜ਼ਾਬ ਅਨਾਰ ਵਕੀਨਾ ਅਜ਼ਾਬ ਕਬਰ ਵਕੀਨਾ ਅਜ਼ਾਬ ਅਸ਼ਰ ਵਕੀਨਾ ਅਜ਼ਾਬ ਮੀਜ਼ਾਨ ਅੱਲਾ ਇਸ ਮਸਜਿਦ ਨੂੰ ਕਿਆਮਤ ਤੱਕ ਆਬਾਦ ਫਰਮਾ ਇਸ ਦੇ ਆਬਾਦ ਕਰਨ ਵਾਲਿਆਂ ਦੇ ਘਰਾਂ ਨੂੰ ਆਬਾਦ ਫਰਮਾ ਅੱਲਾ ਪਰੇਸ਼ਾਨਾਂ ਦੀਆਂ ਪਰੇਸ਼ਾਨੀਆਂ ਦੂਰ ਫਰਮਾ ਜਿਨ੍ਹਾਂ 'ਤੇ ਮੁਸ਼ਕਲਾਂ ਨੇ ਅੱਲਾ ਮੁਸ਼ਕਲਾਂ ਆਸਾਨ ਫਰਮਾ ਅਤੇ ਮੌਲਾ ਆਪਣੇ ਮਹਿਬੂਬ ਦੀ ਸੱਚੀ ਮੁਹੱਬਤ ਅਤਾ ਫਰਮਾ ਭਾਈ ਬਸ਼ਾਰਤ ਦੀ ਕਬਰ ਨੂੰ ਜੰਨਤ ਆਬਾਦ ਬਣਾ ਅੱਲਾ ਇਸ ਪਿੰਡ ਦੇ ਜਿੰਨੇ ਤੁਰ ਗਏ ਨੇ ਸਾਡੀਆਂ ਕਬਰਾਂ ਨੂੰ ਮੱਦੇ ਨਜ਼ਰ ਤੱਕ ਵਸੀਲ ਫਰਮਾ ਅਤੇ ਮੌਲਾ ਕਾਰੋਬਾਰ 'ਚ ਬਰਕਤਾਂ ਨਾਜ਼ਰ ਫਰਮਾ ਜਿਨ੍ਹਾਂ ਰੋਜ਼ਾ ਕਰਾਇਆ ਅੱਲਾ ਜਿੰਨੇ ਅਜ਼ੀਜ਼ ਫੌਤ ਹੋ ਗਏ ਸਭ ਨੂੰ ਮਾਫ਼ ਫਰਮਾ ਅਤੇ ਮੌਲਾ ਸਾਡਾ ਮਿਲ ਬੈਠਣਾ ਆਪਣੀ ਬਾਰਗਾਹ 'ਚ ਕਬੂਲ ਫਰਮਾ ਐ ਮੇਰੇ ਰਾਜਪਾਲ ਮਾਲਕ ਪਰੇਸ਼ਾਨਾਂ ਦੀਆਂ ਪਰੇਸ਼ਾਨੀਆਂ ਦੂਰ ਫਰਮਾ ਭਾਈ ਜ਼ੁਹੇਬ 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 ਅੱਲਾ ਜਿਨ੍ਹਾਂ ਕੋਲ ਔਲਾਦ ਨਹੀਂ ਸ਼ੁਹੇਬ ਅੱਲਾ ਫਿਰ ਵੀ ਅਤਾ ਫਰਮਾ ਅਤੇ ਮੌਲਾ ਕਰੀਮ ਜਿੰਨੇ ਦੁਨੀਆਂ ਤੋਂ ਤੁਰ ਗਏ ਨੇ ਸਭ ਨੂੰ ਮਾਫ਼ ਫਰਮਾ ਅੱਲਾ ਪਰੇਸ਼ਾਨਾਂ ਦੀਆਂ ਪਰੇਸ਼ਾਨੀਆਂ ਦੂਰ ਫਰਮਾ ਇਹ ਮੇਰੇ ਸੋਹਣਿਆਂ ਰੱਬਾ ਸਾਨੂੰ ਸਾਰਿਆਂ ਨੂੰ ਮਾਫ਼ ਫਰਮਾ ਅੱਲਾ ਇਸ ਬਸਤੀ ਦੇ ਹਾਲ ਤੇ ਰਹਿਮ ਫਰਮਾ ਕਾਰੋਬਾਰ 'ਚ ਬਰਕਤਾਂ ਨਾਜ਼ਰ ਫਰਮਾ ਸੱਲੱਲਾਹੁ ਅੱਜ ਦਾ ਪ੍ਰੋਗਰਾਮ ਤੁਹਾਨੂੰ ਅੱਲਾਮਾ ਨਾਸਿਰ ਮਦਨੀ ਅਫੀਸ਼ੀਅਲ ਚੈਨਲ ਯੂਟਿਊਬ ਤੋਂ ਮਿਲੇਗਾ ਇਹ ਚੈਨਲ ਸਬਸਕ੍ਰਾਈਬ ਕਰ ਲਓ ਮੌਲਾਨਾ ਨਾਸਿਰ ਮਦਨੀ ਇੱਥੋਂ ਵੀ ਤੁਹਾਨੂੰ ਪਿਆਰ ਮਿਲੇਗਾ ਅੱਲਾਹ ਕਬੂਲ ਫਰਮਾਏ ਸਾਥੀ ਨਮਾਜ਼ ਪੜ੍ਹੀਏ ਸਾਰੇ